ਪਹਿਲਾਂ ਦਾ ਦੋਗਲਾ ਤੁਸੀਂ ਕਹਿੰਦੇ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ, ਅੱਜ ਉਸੇ ਸੰਵਿਧਾਨ ਦੇ ਅਕੋਰਡਿੰਗ ਤੁਸੀਂ ਇਲੈਕਸ਼ਨ ਲੜ ਰਹੇ ਹੋ, ਨੰਬਰ ਇੱਕ। ਨੰਬਰ ਦੂਜਾ ਸਵਾਲ ਹੈ ਅੰਮ੍ਰਿਤਪਾਲ ਜੀ, ਤੁਸੀਂ ਲੋਕਾਂ ਨੂੰ ਕਲੀਅਰ ਕਰੋ ਕਿ ਐਮ ਪੀ ਬਣਨ ਤੋਂ ਬਾਅਦ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਕੀ ਸੰਦੇਸ਼ ਦਿਓਗੇ, ਕਿ ਇਹ ਸੰਦੇਸ਼ ਦਿਓਗੇ ਕਿ ਚੰਗੇ ਘੋੜੇ ਤੇ ਚੰਗੇ ਹਥਿਆਰ ਰੱਖ ਲਓ, ਹਿੰਦੁਸਤਾਨ ਦੀ ਹਕੂਮਤ ਨਾਲ ਟੱਕਰ ਲੈਣੀ ਹੈ। ਮੁੱਦਾ ਹੈਗਾ ਅੰਮ੍ਰਿਤਪਾਲ ਦਾ, ਮੁੱਦਾ ਹੈਗਾ ਸਿਮਰਜੀਤ ਸਿੰਘ ਮਾਨ ਦਾ, ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਨੇ, ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਨੇ, ਆਪਣੇ ਆਪ ਨੂੰ ਸਿੱਖ ਕੌਮ ਦਾ ਜਰਨੈਲ ਕਹਿੰਦੇ ਨੇ। ਤੁਸੀਂ ਲੋਕਾਂ ਨੂੰ ਕੀ ਮੈਸੇਜ ਦਿੱਤਾ ਕਿ ਜੇ ਕਿਸੇ ਨੇ ਬੰਦਾ ਛਡਾਉਣਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਓ, ਥਾਣੇ ਦੇ ਉੱਪਰ ਹਮਲਾ ਕਰੋ? ਕੀ ਗੱਲ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਨਹੀਂ ਸੀਗੀ, ਉਹ ਬੇਅਦਬੀ ਨਹੀਂ ਸੀਗੀ? ਜਿੰਦਾਬਾਦ ਗੁਰਦਾਬਾਦ ਕਰ ਸਕਦਾ, ਉੱਥੇ ਤੱਕ ਠੀਕ ਸੀ। ਜਦੋਂ ਨੇ ਹਮਲਾ ਕੀਤਾ, ਆਪਣੇ ਸਾਥੀ ਨੂੰ ਛਡਾਇਆ, ਉਹ ਕੋਈ ਕੌਮ ਦਾ ਮੁੱਦਾ ਸੀਗਾ? ਮੇਰਾ ਨਾਮ ਆਰ ਪੀ ਸਿੰਘ ਪ੍ਰੀਤ, ਪ੍ਰੀਤ ਬੱਲ ਫਰੋਮ ਚੰਡੀਗੜ੍ਹ। ਅਤੇ ਅੱਜ ਜਿਹੜਾ ਕੰਸੈਪਟ ਆ, ਜਿਹੜਾ ਮੁੱਦੇ 'ਤੇ ਮੈਂ ਤੁਹਾਡੇ ਕੋਲ ਆਇਆ ਹੈਗਾ, ਖਡੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਿਹਨੂੰ ਪੰਥਕ ਹਲਕਾ ਵੀ ਕਿਹਾ ਜਾਂਦਾ ਹੈਗਾ, ਸੋ ਅੱਜ ਜਿਹੜੇ ਮੁੱਦਾ ਹੈਗਾ ਅੰਮ੍ਰਿਤਪਾਲ ਦਾ, ਮੁੱਦਾ ਹੈਗਾ ਸਿਮਰਜੀਤ ਸਿੰਘ ਮਾਨ ਦਾ, ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਨੇ, ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਨੇ, ਆਪਣੇ ਆਪ ਨੂੰ ਸਿੱਖ ਕੌਮ ਦਾ ਜਰਨੈਲ ਕਹਿੰਦੇ ਨੇ। ਪਹਿਲੀ ਗੱਲ ਤਾਂ ਮੈਂ ਸਟਾਰਟਿੰਗ ਦੇ ਵਿੱਚ ਇਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਸਿੱਖ ਕੌਮ ਦੇ ਜਰਨੈਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੀ, ਹੈ ਤੇ ਹਮੇਸ਼ਾ ਰਹਿਣਗੇ। ਉਹਨਾਂ ਤੋਂ ਇਲਾਵਾ ਕੋਈ ਜਰਨੈਲ ਨਹੀਂ ਹੈਗਾ ਸਿੱਖ ਕੌਮ ਦਾ, ਇਹ ਬਿਲਕੁਲ ਕਲੀਅਰ ਹੈਗਾ। ਕੋਈ ਆਪਣੇ ਆਪ ਨੂੰ ਜਰਨੈਲ ਕਹੀ ਜਾਵੇ ਕੌਣ ਹੈ? ਔਰ ਮੈਂ ਇਹਨਾਂ ਜਰਨੈਲਾਂ ਨੂੰ ਇਹ ਕੁਐਸਚਨ ਕਰਨਾ ਚਾਹੁੰਦਾ, ਬੇਸ਼ੱਕ ਮੇਰੀ ਦਾੜੀ ਕੱਟੀ ਹੋਈ ਆ, ਬੇਸ਼ੱਕ ਮੈਂ ਸਿਰ ਤੋਂ ਮੋਨਾ ਪਰ ਪੱਗ ਬੰਨੀ ਹੋਈ ਆ, ਮੇਰਾ ਕੁਐਸਚਨ ਹੈ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਵੱਲੋਂ ਅੰਮ੍ਰਿਤਪਾਲ ਜੀ ਨੂੰ, ਅੱਜ ਉਹ ਇਹ ਪੰਥਕ ਸੀਟ ਦੇ ਨਾਮ ਨਾਲ ਲੜ ਰਹੇ ਨੇ ਇਲੈਕਸ਼ਨ, ਮੇਰਾ ਕੁਐਸਚਨ ਹੈ ਖਡੂਰ ਸਾਹਿਬ ਦੇ ਲੋਕਾਂ ਵੱਲੋਂ। ਪਹਿਲਾਂ ਤਾਂ ਇਹ ਗੱਲ ਕਹੀ ਗਈ ਕਿ ਮੈਨੂੰ ਪਾਗਲ ਕੁੱਤੇ ਨੇ ਕੱਟਿਆ, ਜਿਹੜਾ ਮੈਂ ਸੰਵਿਧਾਨ ਦੀ ਰਾਖੀ ਕਰਾਂ, ਜਿਨ੍ਹਾਂ ਦਾ ਸੰਵਿਧਾਨ ਆ, ਮੈਂ ਠੇਕਾ ਲਫ਼ਜ਼, ਮਾਫ ਕਰਨਾ, ਠੇਕਾ ਲਫ਼ਜ਼ ਯੂਜ਼ ਕੀਤਾ ਸੀ, ਮੈਂ ਠੇਕਾ ਲਿਆ ਸੰਵਿਧਾਨ ਦਾ, ਸੰਵਿਧਾਨ ਨੂੰ ਬਚਾਉਣ ਵਾਸਤੇ। ਤਾਂ ਮੇਰੀ ਅੱਜ ਸਵਾਲ ਹੈ ਅੰਮ੍ਰਿਤਪਾਲ ਜੀ, ਤੁਸੀਂ ਲੋਕਤੰਤਰ ਦੇ ਵਿੱਚ ਇੱਕ ਵੱਡੇ ਵੱਡਾ ਇਲੈਕਸ਼ਨ ਲੜ ਰਹੇ ਹੋ, ਬਿਲਕੁਲ ਲੜਨਾ ਹੱਕ ਹੈ ਤੁਹਾਡਾ, ਬਣਦਾ ਹੈ, ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹਾਂ, ਸੰਵਿਧਾਨ ਨੂੰ ਪਿਆਰ ਕਰਨ ਵਾਲੇ ਲੋਕ ਹਾਂ, ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਹਾਂ, ਅਸੀਂ ਭਾਰਤ ਨੂੰ ਪਿਆਰ ਕਰਨ ਵਾਲੇ ਲੋਕ ਹਾਂ, ਤੁਹਾਡਾ ਹੱਕ ਬਣਦਾ। ਲੇਕਿਨ ਖਡੂਰ ਸਾਹਿਬ ਦੇ ਲੋਕਾਂ ਨੂੰ ਮੇਰੀ ਇੱਕੋ ਇੱਕ ਬੇਨਤੀ ਆ, ਤਰਨ ਤਾਰਨ ਸਾਹਿਬ ਦੇ ਲੋਕਾਂ ਨੂੰ ਮੇਰੀ ਇੱਕੋ ਇੱਕ ਬੇਨਤੀ ਆ ਕਿ ਤੁਸੀਂ ਲੋਕ ਜਦੋਂ ਇਹਨੂੰ, ਜਿਹੜੇ ਲੋਕ ਲੀਡ ਕਰ ਰਹੇ ਨੇ ਇਹਨੂੰ, ਇਹਨੂੰ ਰਿਪ੍ਰੈਜੈਂਟ ਕਰ ਰਹੇ ਨੇ, ਜਦੋਂ ਤੁਹਾਡੇ ਕੋਲ ਵੋਟਾਂ ਮੰਗਣ ਆਉਣ, ਉਹਨਾਂ ਨੂੰ ਇੱਕ ਗੱਲ ਕਹੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਅੰਮ੍ਰਿਤਪਾਲ ਇੱਕ ਬਿਆਨ ਜ਼ਰੂਰ ਜਾਰੀ ਕਰੇ ਕਿ ਮੈਂ ਭਾਰਤ ਦੇ ਸੰਵਿਧਾਨ ਦੇ ਵਿੱਚ ਪੂਰਨ ਤੌਰ 'ਤੇ ਵਿਸ਼ਵਾਸ ਰੱਖਦਾ, ਔਰ ਬਿਲਕੁਲ ਮੈਂ ਭਾਰਤ ਦੀ ਹਰ ਇੱਕ ਨਾਗਰਿਕਤਾ 'ਚ ਵਿਸ਼ਵਾਸ ਰੱਖਦਾ, ਔਰ ਮੈਂ ਲੋਕਤੰਤਰ 'ਚ ਵਿਸ਼ਵਾਸ ਰੱਖਦਾ। ਅਗਰ ਉਹ ਬਿਆਨ ਜਾਰੀ ਨਹੀਂ ਕਰਦੇ, ਔਰ ਕਿਉਂਕਿ ਮੈਂ ਆਮ ਕਰਕੇ ਕਈ ਇੰਟਰਵਿਊ ਦੇਖੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪੈਰੋਕਾਰ ਕਰ ਰਹੇ ਨੇ ਕਿ ਗੁਲਾਮ ਦੇਸ਼ ਦੇ ਕਾਨੂੰਨ ਦੇ ਵਿੱਚੋਂ ਇੱਕ ਅੱਧਾ ਕਾਨੂੰਨ ਜੇ ਸਾਡੇ ਹਿੱਸੇ ਆ ਜਾਵੇ ਤੇ ਉਹਨੂੰ ਵਰਤ ਲਿਆ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ। ਮਾਫ ਕਰਨਾ, ਇਹ ਸਿੱਖ ਕੌਮ ਦੀ ਆਈਡੀਓਲੋਜੀ ਨਹੀਂ ਆ, ਇਹ ਸਿੱਖ ਕੌਮ ਦੀ, ਜਿਹਨੇ ਸਿੱਖ ਕੌਮ ਆਪਣੇ ਵਚਨਾਂ ਦੇ, ਕਰਮਾਂ ਤੇ ਧਰਮ ਦੇ ਨਿਰਪੱਖ ਦੇ ਲਈ ਜਾਣੀ ਜਾਂਦੀ ਆ। ਜੇ ਇਹੀ ਆਈਡੀਓਲੋਜੀ ਹੁੰਦੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਬੱਚੇ ਵੀ ਬਚਾ ਸਕਦੇ ਸੀ ਤੇ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਬੜੇ ਬੜੇ ਲਾਲਚ ਦਿੱਤੇ ਗਏ, ਲੇਕਿਨ ਉਹਨਾਂ ਨੇ ਇਹ ਨਹੀਂ ਮੰਨੀ। ਇਹਦਾ ਮਤਲਬ ਫਿਰ ਤੁਸੀਂ ਦੋਗਲੇ ਹੋ ਗਏ, ਤੁਹਾਡੇ ਚਿਹਰੇ ਦੋਗਲੇ। ਪਹਿਲਾਂ ਦਾ ਦੋਗਲਾ ਤੁਸੀਂ ਕਹਿੰਦੇ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ, ਅੱਜ ਉਸੇ ਸੰਵਿਧਾਨ ਦੇ ਅਕੋਰਡਿੰਗ ਤੁਸੀਂ ਇਲੈਕਸ਼ਨ ਲੜ ਰਹੇ ਹੋ, ਨੰਬਰ ਇੱਕ। ਨੰਬਰ ਦੂਜਾ ਸਵਾਲ ਹੈ ਅੰਮ੍ਰਿਤਪਾਲ ਜੀ, ਤੁਸੀਂ ਲੋਕਾਂ ਨੂੰ ਕਲੀਅਰ ਕਰੋ
ਕਿ ਐਮਪੀ ਬਣਨ ਤੋਂ ਬਾਅਦ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਕੀ ਸੰਦੇਸ਼ ਦਿਓਗੇ? ਕੀ ਇਹ ਸੰਦੇਸ਼ ਦਿਓਗੇ ਕਿ ਚੰਗੇ ਘੋੜੇ ਤੇ ਚੰਗੇ ਹਥਿਆਰ ਰੱਖ ਲਓ, ਹਿੰਦੁਸਤਾਨ ਦੀ ਹਕੂਮਤ ਨਾਲ ਟੱਕਰ ਲੈਣੀ ਆ? ਜੇ ਖਡੂਰ ਸਾਹਿਬ ਦੇ ਲੋਕ ਇਹ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਚੰਗੇ ਹਥਿਆਰ ਰੱਖਣ, ਚੰਗੇ ਘੋੜੇ ਰੱਖ ਕੇ ਹਕੂਮਤ ਨਾਲ ਟੱਕਰ ਲੈਣ, ਫਿਰ ਬੇਸ਼ੱਕ ਵੋਟ ਪਾ ਦਿਓ। ਇਹ ਤੁਹਾਨੂੰ ਕਲੀਅਰ ਕਰਨਾ ਪਊਗਾ ਕਿ ਤੁਸੀਂ ਖਡੂਰ ਸਾਹਿਬ ਦੀ ਧਰਤੀ ਦੇ ਲਈ ਕਿੰਨੀਆਂ ਯੂਨੀਵਰਸਿਟੀਆਂ, ਕਿੰਨੇ ਕਾਲਜ, ਕਿੰਨੇ ਪ੍ਰੋਜੈਕਟ ਲੈ ਕੇ ਆਓਗੇ ਔਰ ਕਿੰਨਾ ਤੋਂ ਲੈ ਕੇ ਆਓਗੇ। ਉਸੇ ਹਕੂਮਤ ਕਿਸੇ ਦੀ ਵੀ ਬਣੇ, ਇਹ ਬਾਅਦ ਦੀਆਂ ਗੱਲਾਂ ਨੇ, ਜਿਹੜੀ ਵੀ ਹਕੂਮਤ ਬਣੂਗੀ, ਕਿਆ ਤੁਸੀਂ ਉਸ ਹਕੂਮਤ ਕੋਲ ਜਾ ਕੇ ਚੀਜ਼ਾਂ ਮੰਗੋਗੇ? ਉੱਥੇ ਜਾ ਕੇ ਅੜੋਗੇ ਏਦਾਂ ਖੜ ਕੇ ਕਿ ਮੈਂ ਖੜ ਗਿਆ ਤੁਹਾਡੇ ਸਾਹਮਣੇ? ਨਹੀਂ, ਕਿਉਂਕਿ ਖਡੂਰ ਸਾਹਿਬ ਦੀ ਧਰਤੀ ਨੂੰ ਨਸ਼ਾ ਰਹਿਤ ਚੰਗੀਆਂ ਯੂਨੀਵਰਸਿਟੀਆਂ, ਚੰਗੇ ਪ੍ਰੋਜੈਕਟਾਂ ਦੀ ਲੋੜ ਆ, ਨਾ ਕਿ ਚੰਗੇ ਹਥਿਆਰਾਂ ਦੀ। ਅਸੀਂ ਹਥਿਆਰ ਰੱਖ ਕੇ ਵੀ ਦੇਖ ਲਏ, ਪਹਿਲਾਂ ਬਥੇਰਾ ਕਾਂਡ ਕਰਾ ਲਿਆ। ਤੁਸੀਂ ਇਹਨਾਂ ਚੀਜ਼ਾਂ ਦੇ ਸਿੱਖੀ, ਸਿੱਖੀ ਇੱਕ ਬਹੁਤ ਪਿਆਰਾ ਕੰਸੈਪਟ ਆ। ਸਿੱਖੀ ਤਾਂ ਨਿਮਰਤਾ, ਦਿਆਲਤਾ ਤੇ ਨਿਡਰਤਾ ਤੋਂ ਜਾਣੀ ਜਾਂਦੀ ਆ। ਤੁਸੀਂ ਸਿੱਖਾਂ ਇਹ ਗੱਲਾਂ ਕਰ ਕਰਕੇ, ਇਹੋ ਜਿਹੀਆਂ ਗੱਲਾਂ ਕਰ ਕਰਕੇ ਸਿੱਖੀ ਦਾ ਭਾਂਡਾ ਧਾਰ ਕਰਤਾ। ਤੁਸੀਂ ਕਹਿੰਦੇ ਸਿੱਖ ਕੌਮ ਦੀ ਤੜ ਤਾਂ ਸਿੱਖ ਕੌਮ ਦੀ ਤੁਸੀਂ ਲੋਕਾਂ ਨੇ ਖਤਮ ਕਰਕੇ ਰੱਖ ਦਿੱਤੀ ਆ। ਮੇਰਾ ਸਵਾਲ ਆ ਸਿਮਰਜੀਤ ਸਿੰਘ ਮਾਨ ਨੂੰ, ਤੁਸੀਂ ਆਪਣੇ ਆਪ ਨੂੰ ਪੰਥਕ ਜਰਨੈਲ ਕਹਾਉਂਦੇ ਹੋ, ਬੇਅੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਸਿੱਖ ਕੌਮ ਦੇ ਸਿਰ ਦੇ ਉੱਪਰ ਰੱਖੀ ਸੀਗੀ। ਅੱਜ ਉਹਦਾ ਮੁੰਡਾ ਫਰੀਦਕੋਟ ਦੇ ਵਿੱਚ ਲੜ ਰਿਹਾ, ਉਹਦੇ ਖਿਲਾਫ ਤੁਸੀਂ ਆਪਣਾ ਕੈਂਡੀਡੇਟ ਖੜਾ ਕਰ ਦਿੱਤਾ। ਤੇ ਅੰਮ੍ਰਿਤਪਾਲ ਦੀ ਕੁਰਬਾਨੀ ਐਡੀ ਵੱਡੀ ਹੋ ਗਈ ਉਹਨਾਂ ਤੋਂ ਕਿ ਤੁਸੀਂ ਇੱਥੋਂ ਆਪਣਾ ਕੈਂਡੀਡੇਟ ਵਿਦਡਰਾਅ ਕਰ ਲਿਆ। ਇਹਦਾ ਇਹ ਸਵਾਲ ਆ ਖਡੂਰ ਸਾਹਿਬ ਦੇ ਲੋਕਾਂ ਨੂੰ, ਇਹਨਾਂ ਨੂੰ ਪੁੱਛੋ। ਔਰ ਅੰਮ੍ਰਿਤਪਾਲ ਦੇ ਪਿਤਾ ਜੀ ਨੇ ਕਿੱਥੇ ਬਿਆਨ ਦਿੱਤਾ ਕਿ ਅਸੀਂ ਵੀ ਨਹੀਂ ਲੜਨਾ ਜੇ ਤੁਸੀਂ ਸਰਬਜੀਤ ਸਿੰਘ ਦੇ ਖਿਲਾਫ ਜਿਹੜਾ ਕੈਂਡੀਡੇਟ ਨਾਂ ਪਿੱਛੇ ਖਿੱਚਿਆ? ਉਹਨਾਂ ਨੂੰ ਮਤਲਬ ਇਸ ਚੀਜ਼ ਨਾਲ, ਉਹਨਾਂ ਨੂੰ ਮਤਲਬ ਆ ਆਪਣੇ ਬੱਚੇ ਨੂੰ ਬਾਹਰ ਕੱਢਣ ਤੱਕ। ਫਿਰ ਕੱਲ੍ਹ ਲੋਕਾਂ ਨੂੰ ਕਲੀਅਰ ਕਿ ਸਿਰਫ ਸਾਨੂੰ ਕਿਸੇ ਪੰਥ ਨਾਲ ਕੋਈ ਮਤਲਬ ਨਹੀਂ, ਕਿਸੇ ਉਹਦੇ ਨਾਲ ਮਤਲਬ ਨਹੀਂ, ਸਾਨੂੰ ਮਤਲਬ ਆ ਸਾਡੇ ਬੱਚੇ ਨੂੰ ਜੇਲ੍ਹ ਤੋਂ ਸਿਰਫ ਬਾਹਰ ਕਢਾਉਣ ਤੱਕ। ਫਿਰ ਕਲੀਅਰ ਕਰਕੇ ਗੱਲ, ਫਿਰ ਇਹ ਦੋਗਲੇ ਮਖੋਟੇ ਨਾ ਪਾਓ। ਇੱਥੇ ਅੰਮ੍ਰਿਤਪਾਲ ਦੇ ਪਿਤਾ ਨੂੰ ਬਿਆਨ ਦੇਣਾ ਚਾਹੀਦਾ ਕਿ ਸਿਮਰਜੀਤ ਸਿੰਘ ਮਾਨ ਜੀ, ਅਗਰ ਤੁਸੀਂ ਸਾਡੇ ਬੱਚੇ ਦੇ ਖਿਲਾਫ ਕੈਂਡੀਡੇਟ ਨਹੀਂ ਖੜਾ ਕੀਤਾ ਤਾਂ ਤੁਹਾਡਾ ਪੂਰਾ ਹੱਕ ਬਣਦਾ ਕਿ ਤੁਸੀਂ ਉਸ ਬੱਚੇ ਦੇ ਖਿਲਾਫ ਵੀ ਕੈਂਡੀਡੇਟ ਨਾ ਖੜਾ ਕਰੋ। ਕੀ ਗੱਲ? ਕਿਉਂ? ਕਿਉਂਕਿ ਉਹ ਹੀਜ਼ ਐਸੀ, ਉਸ ਡਿਊਲ ਕਾਸਟ ਅੱਜ ਕਹਿਣੀ ਪਊਗੀ ਇਹ ਗੱਲ, ਤੁਸੀਂ ਕਹਿਣ ਤੇ ਮਜਬੂਰ ਕਰਤਾ। ਕੀ ਗੱਲ? ਉਹਨਾਂ ਦੀ ਸ਼ਹਾਦਤ, ਉਹਨਾਂ ਦਾ ਜਿਹੜਾ ਸਿਸਟਮ ਸੀਗਾ, ਤੁਹਾਨੂੰ ਉਹਨਾਂ ਦੀ ਸ਼ਹਾਦਤ ਨਹੀਂ ਲੱਗੀ? ਉੱਥੇ ਤੁਸੀਂ ਆਪਣਾ ਕੈਂਡੀਡੇਟ ਖੜਾ ਕਰਤਾ। ਅੰਮ੍ਰਿਤਪਾਲ ਦੀ ਐਡੀ ਵੱਡੀ ਕੁਰਬਾਨੀ ਹੋਗੀ, ਕਿਹੜੀ ਕੁਰਬਾਨੀ ਕਰਤੀ ਜੀ? ਅੰਮ੍ਰਿਤ ਸਿਖਾਉਣਾ ਚੰਗੀ ਗੱਲ ਆ, ਇਹ ਤੋਂ ਪਹਿਲਾਂ ਵੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਤੋਂ ਅੰਮ੍ਰਿਤ ਸਿਖਾਉਂਦੇ ਆ ਰਹੇ। ਕਿੰਨੇ ਮਹਾਂਪੁਰਸ਼ ਨੇ ਸਾਡੇ ਪੰਜਾਬ ਦੀ ਧਰਤੀ ਜਿਹੜੇ ਅੰਮ੍ਰਿਤ ਸਿਖਾ ਰਹੇ ਨੇ? ਕਦੇ ਕਿਸੇ ਨੇ ਇਹੋ ਜਿਹੀ ਗੱਲ ਨਹੀਂ ਕੀਤੀ ਚੰਗੇ ਘੋੜੇ ਚੰਗੇ ਕਰੋਗੇ ਹਕੂਮਤ ਨਾਲ ਟੱਕਰ ਲੈਣੀ ਹੈ ਜੀ? ਕਿਉਂ ਵੀ ਕਿਉਂ ਟੱਕਰ ਲੈਣੀ ਹਕੂਮਤ ਨਾਲ ਜੀ? ਜਿਸ ਹਕੂਮਤ, ਜਿਸ ਸੰਵਿਧਾਨ ਨੂੰ ਤੁਸੀਂ ਕਹਿੰਦੇ ਸੀ ਅਸੀਂ ਮੰਨਦੇ ਨਹੀਂ ਹੈਗੇ, ਅੱਜ ਉਸੇ ਸੰਵਿਧਾਨ ਜਿਹੜੇ 18-18 ਬੰਦੂਕਾਂ ਚੱਕੀ ਫਿਰਦੇ ਸੀ ਨਾ ਅੰਮ੍ਰਿਤਪਾਲ ਜੀ, ਉਹ ਉਸੇ ਸੰਵਿਧਾਨ ਦੇ ਕਾਨੂੰਨ ਤੋਂ ਰਜਿਸਟਰਡ ਤੁਸੀਂ ਤਾਂ ਚੱਕੀ ਫਿਰਦੇ ਸੀ। ਜਿਹੜੀ ਗੱਡੀ 'ਚ ਤੁਸੀਂ ਬੈਠਦੇ ਸੀ ਉਹ ਰਜਿਸਟਰਡ ਸੀ ਉਸੇ ਸੰਵਿਧਾਨ ਦੇ। ਫਿਰ ਕਹਿੰਦੇ ਮੈਂ ਗੱਡੀ 'ਚ ਚੱਲਦਾ, ਮੈਂ ਉਹ ਜਿਹੜਾ ਪਾਸਪੋਰਟ 'ਤੇ ਟਰੈਵਲ ਕਰਦੇ ਰਹੇ ਨਾ, ਅੱਜ ਤੱਕ ਤੁਸੀਂ ਉਸੇ ਸੰਵਿਧਾਨ ਦੇ ਅਕੋਰਡਿੰਗ ਕਰਦੇ ਰਹੇ ਹੋ, ਇਹ ਦੋਗਲੀ ਨੀਤੀ ਕਿਉਂ? ਮਸਲਾ ਸਾਡਾ ਅੰਮ੍ਰਿਤਪਾਲ ਲੜ ਰਿਹਾ ਜੀ, ਸਦਕੇ ਲੜੇ, ਸਾਡਾ ਕੋਈ ਵਿਰੋਧ ਨਹੀਂ ਆ, ਪਰ ਦੋਗਲੀ ਗੱਲ ਨਾ ਕਰੇ। ਅੱਜ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਿਆਨ ਦੇਣ ਕਿ ਮੈਂ ਸੰਵਿਧਾਨ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਦਾ ਔਰ ਭਾਰਤ ਦੀ ਹਕੂਮਤ ਭਾਰਤ ਨੂੰ ਮੰਨਦਾ। ਅਗਰ ਤੁਹਾਡੀ ਕਿਸੇ ਬੀਜੇਪੀ ਨਾਲ ਆਈਡੋਲੋਜੀ ਨਹੀਂ ਮਿਲਦੀ, ਫ੍ਰੀਡਮ ਟੂ ਸਪੀਚ ਹੈ, ਖੁੱਲੋ ਬੋਲੋ, ਕੌਣ ਰੋਕਦਾ?
ਤੁਸੀਂ ਜਿੰਨਾ ਮਰਜ਼ੀ ਬੋਲੋ, ਲੇਕਿਨ ਜਦੋਂ ਤੁਸੀਂ ਦੇਸ਼ ਦੇ ਖਿਲਾਫ਼ ਬੋਲੋਗੇ, ਦੇਸ਼ ਨੂੰ ਤੋੜਨ ਦੀ ਗੱਲ ਕਰੋਗੇ, ਫਿਰ ਕਹਿੰਦੇ ਜੀ NSA ਕਿਉਂ ਲੱਗ ਗਿਆ? NSA ਤੁਹਾਡੀ ਜ਼ਬਾਨ ਨੇ ਲਾਇਆ। ਜਦ ਤੁਸੀਂ ਕਿਹਾ ਚੰਗੇ ਘੋੜੇ ਤੇ ਚੰਗੇ ਬੰਦੂਕਾਂ, ਤੁਸੀਂ ਅਜਨਾਲੇ ਥਾਣੇ ਤੇ ਜਾ ਕੇ ਹਮਲਾ ਕੀਤਾ, ਤੁਸੀਂ ਅਜਨਾਲੇ ਥਾਣੇ ਤੇ ਜਾ ਕੇ ਕਹਿੰਦੇ ਅਸੀਂ ਤੁਸੀਂ ਲੋਕਾਂ ਸਾਹਮਣੇ ਪੇਸ਼ ਕਰ ਰਹੇ ਆਪਣੇ ਮੈਨੂੰ ਗੁਲਾਮ ਕਿ ਅਸੀਂ ਗੁਲਾਮ ਹਾਂ। ਮੈਂ ਅੰਮ੍ਰਿਤਪਾਲ ਜੀ ਤੁਹਾਨੂੰ ਸਵਾਲ ਕਰਨਾ ਚਾਹੁੰਦਾ, ਉਹਦੇ ਪੈਰੋਕਾਰਾਂ ਨੂੰ ਸਵਾਲ ਕਰਨਾ ਚਾਹੁੰਦਾ, ਅਗਰ ਇੱਕ ਗੁਲਾਮ ਥਾਣੇ ਤੇ ਹਮਲਾ ਕਰਕੇ ਉੱਤੇ ਕਬਜ਼ਾ ਕਰ ਸਕਦਾ, ਜੇ ਉਹ ਆਜ਼ਾਦ ਹੁੰਦਾ ਤਾਂ ਫਿਰ ਕੀ ਕਰਦਾ? ਇਹ ਸਵਾਲ ਹੈ। ਕਿਉਂਕਿ ਅੰਮ੍ਰਿਤਪਾਲ ਨੂੰ ਪਤਾ ਸੀ ਕਿ ਲੋਕਤੰਤਰ ਸੰਵਿਧਾਨ ਉਹਨਾਂ ਦਾ ਹੱਕ ਦਿੰਦਾ ਹੈ, ਉੱਪਰ ਜਾ ਕੇ ਹਮਲਾ ਨਹੀਂ ਥਾਣੇ ਤੋਂ ਜਾ ਕੇ ਜਿੰਦਾਬਾਦ ਮੁਰਦਾਬਾਦ ਕਰ ਸਕਦਾ। ਉੱਥੇ ਤੱਕ ਠੀਕ ਸੀ। ਜਦੋਂ ਉਹਨੇ ਹਮਲਾ ਕੀਤਾ ਆਪਣੇ ਸਾਥੀ ਨੂੰ ਛਡਾਇਆ, ਉਹ ਕੋਈ ਕੌਮ ਦਾ ਮੁੱਦਾ ਸੀਗਾ? ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਤੁਸੀਂ ਥਾਣੇ ਦੇ ਵਿੱਚ ਲੈ ਗਏ? ਮੇਰੇ ਵੀ ਦੋਸਤ ਹੈਗੇ ਨੇ ਜੇਲ੍ਹਾਂ ਦੇ ਵਿੱਚ ਬੰਦ, ਮੇਰੇ ਪਿੱਛੇ ਵੀ 5-7 ਹਜ਼ਾਰ ਬੰਦਾ ਆਉਂਦਾ। ਤੁਸੀਂ ਲੋਕਾਂ ਨੂੰ ਕੀ ਮੈਸੇਜ ਦਿੱਤਾ ਕਿ ਜੇ ਕਿਸੇ ਨੇ ਬੰਦਾ ਛਡਾਉਣਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਓ, ਥਾਣੇ ਦੇ ਉੱਪਰ ਹਮਲਾ ਕਰੋ? ਕੀ ਗੱਲ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਨਹੀਂ ਸੀਗੀ? ਉਹ ਬੇਅਦਬੀ ਨਹੀਂ ਸੀਗੀ? ਇਹ ਬੇਅਦਬੀ ਸੀਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਲੇਕਿਨ ਜੇ ਇਹੀ ਬੇਅਦਬੀ ਕਿਸੇ ਅਦਰ ਕਾਸਟ ਦੇ ਬੰਦੇ ਨੇ ਕੀਤੀ ਹੁੰਦੀ ਤਾਂ ਹਲਾ ਮੱਚ ਜਾਣੀ ਸੀਗੀ। ਤੁਸੀਂ ਪੇਟੈਂਟ ਕਰਾ ਲਿਆ ਧਰਮ ਨੂੰ, ਤੁਸੀਂ ਕੱਟੜ ਪੰਥੀ ਫਲਾ ਫਲਾ ਕੇ ਬੰਦੂਕਾਂ ਰੱਖ ਕੇ ਮਾਰ ਲਿਆ ਕੇ ਹਥਿਆਰ ਰੱਖਣਾ ਕੋਈ ਮਾੜੀ ਗੱਲ ਨਹੀਂ ਆ, ਲੇਕਿਨ ਜਿਸ ਹਿਸਾਬ ਨਾਲ ਤੁਸੀਂ ਚੱਲਦੇ ਸੀ, ਤੁਸੀਂ ਜਿਹਦੀ ਰੀਸ ਕਰ ਰਹੇ ਹੋ, ਤੁਸੀਂ ਉਹਦੇ ਪੈਰਾਂ ਵਰਗੇ ਵੀ ਨਹੀਂ ਬਣ ਸਕਦੇ। ਉਸ ਬੰਦੇ ਨੇ ਤਾਂ ਈ ਨਹੀਂ ਮੰਨੀ ਕਦੇ ਕਿਸੇ ਤੋਂ। ਸੋ ਮੇਰੀ ਖਡੂਰ ਸਾਹਿਬ ਦੇ ਲੋਕਾਂ ਨੂੰ ਹਲਕੇ ਦੇ ਇੱਕ ਪਹੁੰਚੀ, ਕਿਉਂਕਿ ਪੰਥਕ ਹਲਕਾ, ਮੇਰੀ ਹੱਥ ਜੋੜ ਕੇ ਇੱਕੋ ਇੱਕ ਬੇਨਤੀ ਆ, ਇਹ ਕੋਈ ਪੰਥਕ ਨਹੀਂ ਨੇ। ਪੁੱਛੋ ਸਿਮਰਜੀਤ ਸਿੰਘ ਮਾਨ ਨੂੰ, ਲੱਖਾ ਸਧਾਣਾ ਕਿਹੜਾ ਪੰਥਕ ਆ, ਉਹਦੀ ਬੈਕਗ੍ਰਾਉਂਡ ਕੀ ਆ? ਮੈਂ ਤਾਂ ਹੈਰਾਨ ਆ ਯਾਰ ਵੀ ਸਾਡੇ ਲੋਕਾਂ ਦੀ ਸੋਚ ਨੂੰ ਹੋ ਗਈ ਇਹੋ ਜਿਹੇ ਲੋਕਾਂ ਨੂੰ ਸਿਰ ਤੇ ਬਿਠਾ ਰਹੇ ਹੋ। ਔਰ ਸਿਮਰਜੀਤ ਸਿੰਘ ਮਾਨ, ਸ਼ਹੀਦ ਭਗਤ ਸਿੰਘ ਮਰ ਗਿਆ 22-23 ਸਾਲ ਦੀ ਉਮਰ ਦੇ ਵਿੱਚ, ਫਾਂਸੀ ਨੂੰ ਰੱਸਾ ਚੁੰਮਦਾ, ਤੇ ਇਹ ਕਹਿੰਦਾ ਉਹ ਸ਼ਹੀਦ ਹੀ ਨਹੀਂ ਹੈਗਾ, ਸ਼ਹੀਦ ਆਜ਼ਾਦ ਫਿਰ ਇਹਨਾਂ ਨੇ ਕਰਾਤਾ ਹੋਣਾ, ਅਰੂੜ ਸਿੰਘ ਨੇ ਕਰਾਤਾ ਹੋਣਾ, ਜਿਹੜਾ ਉਹਦਾ ਨਾਨਾ ਸੀ ਉਹਨਾਂ ਨੇ ਆਜ਼ਾਦ ਕਰਾਇਆ ਹੋਣਾ ਦੇਸ਼ ਨੂੰ ਫਿਰ। ਸੋ ਇਹ ਜਿਹੜੇ ਲੋਕ ਨੇ ਇਹ ਸਿਰਫ ਭਾਜੀ, ਅੱਛਾ ਫਿਰ ਸਾਡੇ ਪੱਤਰਕਾਰ ਭਾਈ ਸਾਹਿਬ ਸਵਾਲ ਕਰਦੇ ਨੇ, ਸਿਮਰਜੀਤ ਸਿੰਘ ਮਾਨ ਸਾਹਿਬ ਤੁਹਾਡੇ ਮੁੱਛਾਂ ਨੂੰ ਬੜਾ ਵੱਟ ਦਿੰਦੇ ਹੋ, ਤੁਹਾਡੇ ਮੁੱਛਾਂ ਉਹ ਫਿਰ ਚੌਰ ਚਾ ਕੇ ਮੁੱਛਾਂ ਨੂੰ ਵੱਟ ਦਿੰਦੇ ਨੇ, ਏਦਾਂ ਕਰਕੇ ਤੁਹਾਡੇ ਮੁੱਛਾਂ 'ਚ ਪੰਜਾਬ ਦੇ ਮੁੱਦੇ ਫਸੇ ਹੋਏ ਨੇ। ਇੱਥੇ ਯੂਨੀਵਰਸਿਟੀ ਨਿਕਲੂਗੀ, ਇਹਦੇ 'ਚੋਂ ਪ੍ਰੋਜੈਕਟ ਨਿਕਲਣਗੇ ਖਡੂਰ ਸਾਹਿਬ ਲਈ, ਫਿਰ ਆ ਪੰਥਕ ਲੀਡਰ ਦੌਲਾ ਦਿਖਾ ਰਿਹਾ ਆਪਣਾ, ਇਹ ਪੰਥਕ ਲੀਡਰਾਂ ਦੇ ਕੰਮ ਹੁੰਦੇ ਆ, ਅਸੀਂ ਕੁਸ਼ਤੀ ਕਰਾਉਣੀ ਹੈ। ਮੇਰੇ ਸਵਾਲ ਨੇ, ਬਥੇਰੇ ਲੋਕ ਜਿਹੜੇ ਪੈਰੋਕਾਰ ਨੇ ਥੱਲੇ ਬਾਲਾ ਕੱਢਣਗੇ, ਅਗਰ ਮੈਂ ਕੁਐਸਚਨ ਇੱਕ ਵੀ ਗਲਤ ਕੀਤਾ ਤਾਂ ਮੇਰੇ ਨਾਲ ਖੁੱਲੀ ਡਿਬੇਟ ਜਦ ਮਰਜ਼ੀ ਕਰ। ਇੱਕ ਕੁਐਸਚਨ ਵੀ ਗਲਤ ਕੀਤਾ ਕੀ ਅੰਮ੍ਰਿਤਪਾਲ ਨੇ ਨਹੀਂ ਕਿਹਾ? ਕੀ ਅੰਮ੍ਰਿਤਪਾਲ ਨੇ ਗੁਰੂ ਗ੍ਰੰਥ ਸਾਹਿਬ ਦੀ ਢਾਲ ਲਾ ਕੇ ਨਹੀਂ ਅਜਨਾਲੇ ਤੇ ਕੀਤਾ? ਕੀ ਸਿਮਰਜੀਤ ਸਿੰਘ ਮਾਨ ਨੇ ਨਹੀਂ ਕਿਹਾ ਕਿ 26 ਜਨਵਰੀ ਨੂੰ ਕਾਲੇ ਝੰਡੇ ਲਾ ਰਹੋ, ਫਿਰ ਉਸੇ ਸੰਵਿਧਾਨ ਦੇ ਅਕੋਰਡਿੰਗ ਇਲੈਕਸ਼ਨ ਵੀ ਲੜਦੇ, ਉਸੇ ਸੰਵਿਧਾਨ ਅਕੋਰਡਿੰਗ ਵੋਟ ਵੀ ਪਾਉਂਦੇ ਜਾ ਕੇ, ਉਸੇ ਸੰਵਿਧਾਨ ਦੇ ਅਕੋਰਡਿੰਗ ਕਸਮਾਂ ਵੀ ਖਾਂਦੇ, ਫਿਰ ਦੋਗਲੇ ਮਤਲਬ ਮਸਲਾ ਕੀ ਹੈ? ਦੋਗਲੇ ਚਿਹਰੇ, ਇਹ ਦੋਗਲੇ ਚਿਹਰੇ ਨਹੀਂ ਹੋਣੇ ਚਾਹੀਦੇ। ਫਿਰ ਤੁਸੀਂ ਇਲੈਕਸ਼ਨ ਨਾ ਲੜੋ, ਜੇ ਅਸੀਂ ਸੰਵਿਧਾਨ ਨੂੰ ਮੰਨਦੇ ਅਸੀਂ ਦੇਖਾਂਗੇ ਆਪਣੇ ਹਿਸਾਬ ਨਾਲ ਰਾਜ ਲਵਾਂਗੇ ਅਸੀਂ।
ਸਰ ਜੀ ਮੈਂ ਇੰਡੀਆ ਦਾ ਇੱਕ ਨਾਗਰਿਕ ਹਾਂ, ਫਰੀਡਮ ਟੂ ਸਪੀਚ ਆ, ਮੈਨੂੰ ਆਪਣੀ ਗੱਲ ਰੱਖਣ ਦਾ ਪੂਰਾ ਪੂਰਾ ਅਧਿਕਾਰ ਆ। ਮੈਂ ਆਪਣੇ ਲੋਕਾਂ ਨੂੰ, ਮੈਂ ਪੰਜਾਬ ਦਾ, ਮੈਂ ਆਪਣੇ ਪੰਜਾਬ ਨੂੰ ਪਿਆਰ ਕਰਦਾ, ਮੈਂ ਆਪਣੇ ਪੰਜਾਬੀ ਨੂੰ ਪਿਆਰ ਕਰਦਾ। ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਸਿਆਣਾ, ਸਾਰਾ ਖਡੂਰ ਸਾਹਿਬ ਦੀ ਜਨਤਾ ਬਹੁਤ ਸਿਆਣੀ ਆ, ਲੇਕਿਨ ਇੱਕ ਹੋਕਾ ਵਣਜਾਰਾ ਹੁੰਦਾ ਨਾ ਵਣਜਾਰਾ, ਵੀ ਚੱਲ ਯਾਰ ਮੈਂ ਆਪਣਾ ਫਰਜ਼ ਨਿਭਾ ਲਵਾਂ। ਮੈਂ ਇੱਕ ਫਰਜ਼ ਨਿਭਾਉਣ ਆਇਆ ਕਿ ਦੇਖਿਓ ਦੇਖਿਓ ਕਿਹੜੇ ਭੁੱਲ ਨਾ ਕਰ ਬੈਠੇ ਹੋ। ਉਦੋਂ ਬਾਅਦ ਜਿਹੜਾ ਨੰਗਾ ਨਾਚ ਹੋਊਗਾ ਨਾ, ਜੇ ਉਹ ਬੰਦਾ ਬਿਨਾਂ ਪਾਵਰ ਤੋਂ ਜਾ ਕੇ ਥਾਣਿਆਂ ਤੇ ਹਮਲੇ ਕਰ ਸਕਦਾ, ਲੋਕਤੰਤਰ ਦੀਆਂ ਧੱਜੀਆਂ ਉਡਾ ਸਕਦਾ, ਬਿਨਾਂ ਪਾਵਰ ਤੋਂ ਇਹ ਗੱਲ ਕਹਿ ਸਕਦਾ ਕਿ ਚੰਗੀਆਂ ਬੰਦੂਕਾਂ ਤੇ ਚੰਗੇ ਘੋੜੇ ਰੱਖ ਲਓ, ਆਪਾਂ ਹਿੰਦੁਸਤਾਨ ਦੀ ਹਕੂਮਤ ਨਾਲ ਟੱਕਰ ਲੈਣੀ ਆ, ਤੇ ਜਦੋਂ ਮਹਾਰਾਜ ਜੀ ਕਿਤੇ ਪਾਵਰ 'ਚ ਆ ਗਿਆ, ਜਿਹੜੇ ਦੇ ਨਾਲ ਦੇ ਨੇ ਤੇ ਇਹ ਫਿਰ ਕਰਨਗੇ ਕੀ? ਇਹ ਖਡੂਰ ਸਾਹਿਬ ਦੇ ਲੋਕਾਂ ਨੇ ਵੇਖਣਾ ਹੈ। ਖਡੂਰ ਸਾਹਿਬ ਨੂੰ ਚਾਹੀਦੀ ਚੰਗੀ ਯੂਨੀਵਰਸਿਟੀ, ਖਡੂਰ ਸਾਹਿਬ ਦੇ ਲੋਕਾਂ ਨੂੰ ਚਾਹੀਦਾ ਚੰਗਾ ਹਸਪੀਟਲ, ਖਡੂਰ ਸਾਹਿਬ ਦੇ ਲੋਕਾਂ ਨੂੰ ਚਾਹੀਦਾ ਨਸ਼ਾ ਰਹਿਤ ਵਾਤਾਵਰਣ, ਖਡੂਰ ਸਾਹਿਬ ਦੇ ਲੋਕਾਂ ਨੂੰ ਚਾਹੀਦਾ ਚੰਗਾ ਪਿਆਰ ਭਾਈਚਾਰਾ। ਇਹ ਤਾਂ ਕਹਿੰਦੇ ਯੂਸੁਫ ਮਸੀਹ ਦੇ ਜਿਹੜੇ ਪੈਰੋਕਾਰ ਨੇ, ਸਾਰੀ ਭਾਈਚਾਰੇ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ। ਤੇ ਮਹਾਰਾਜ ਅੱਧ ਤੋਂ ਵੱਧ ਪੰਜਾਬ ਬਾਹਰ ਬੈਠਾ ਇਹਨਾਂ ਲੋਕਾਂ ਦੇ ਦੇਸ਼ਾਂ ਦੇ ਵਿੱਚ, ਜੇ ਕਿਤੇ ਉਹਨਾਂ ਨੇ ਤੀਰ ਖਿੱਚਤਾ ਨਾ, ਵੀ ਤੁਹਾਨੂੰ ਵੀ ਅਸੀਂ ਇੱਥੇ ਨਹੀਂ ਰਹਿਣ ਦੇਣਾ, ਇੱਥੇ ਦਿਹਾੜੀ ਨਹੀਂ ਪੰਜਾਬ 'ਚ ਕਿਸੇ ਨੂੰ ਲੱਭਣੀ, ਤੁਸੀਂ ਤਾਂ ਇੱਥੇ ਬੈਠ ਕੇ ਮੂੰਹ ਹਿਲਾ ਦਿੰਦੇ ਹੋ। ਤੁਹਾਨੂੰ ਇਹ ਪਤਾ ਵੀ ਅੱਧ ਤੋਂ ਵੱਧ ਜਿਹੜੇ ਪੰਜਾਬ ਦੇ ਬਾਹਰ ਬੈਠੇ ਸਾਡੇ ਪੰਜਾਬੀ ਨੇ, ਉਹਨਾਂ 'ਤੇ ਕੀ ਅਸਰ ਹੋਊਗਾ, ਉਹਨਾਂ 'ਤੇ ਕੀ ਬੀਤੂਗੀ ਕੱਲ੍ਹ ਨੂੰ? ਇਹ ਬਿਲਕੁਲ ਨਹੀਂ। ਬਸ ਅਸੀਂ ਹਲਾਤਾ, ਬਸ ਰੋਟੀਆਂ ਸੇਕ ਲਈਆਂ। ਮੈਂ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਦੱਸੋ ਪਰਮਜੀਤ ਸਿੰਘ ਭਿਓਰਾ ਸਾਹਿਬ ਲਈ, ਰਾਜਵਾਲਾ ਸਾਹਿਬ ਲਈ, ਜਗਤਾਰ ਸਿੰਘ ਹਮਾਰਾ ਲਈ ਅੱਜ ਤੱਕ ਤੁਸੀਂ ਕੀ ਕੀਤਾ? ਉਹਨਾਂ ਦੇ ਪਰਿਵਾਰਾਂ ਨੇ ਕੀ ਕੀਤਾ? ਉਹਨਾਂ ਦੇ ਪਰਿਵਾਰਾਂ ਨੇ ਕਿੱਥੇ ਭੁੱਖ ਹੜਤਾਲਾਂ ਰੱਖੀਆਂ? ਅੰਮ੍ਰਿਤਪਾਲ ਜੀ ਦੇ ਮਦਰ ਫਾਦਰ ਨੂੰ ਇਹ ਪੁੱਛਣਾ ਚਾਹੁੰਦਾ, ਕਿੱਥੇ ਉਹਨਾਂ ਨੇ ਅੱਜ ਤੱਕ ਇਲੈਕਸ਼ਨ ਲੜਨ ਦੀ, ਜਦਕਿ ਉਹਨਾਂ ਦਾ ਰਾਈਟ ਬਣਦਾ, ਇੰਨੇ ਇੰਨੇ ਸਾਲ ਜੇਲ੍ਹਾਂ ਦੇ ਵਿੱਚ ਕੱਟਣ ਤੋਂ ਬਾਅਦ ਰਾਈਟ ਬਣਦਾ, ਉਹਨਾਂ ਨੇ ਅੱਜ ਤੱਕ ਆਪਣੀ ਈਨ ਧਰਮ ਕਰਮ ਤੇ ਬੁਰਕ ਕਾਇਮ ਰਹੇ, ਲੇਕਿਨ ਉਹਨਾਂ ਨੇ ਕਦੇ ਇਲੈਕਸ਼ਨ ਲੜਨ ਦੀ ਗੱਲ ਨਹੀਂ ਕੀਤੀ, ਜਦਕਿ ਉਹ ਲੜ ਸਕਦੇ ਆ। ਪੰਥ ਨੂੰ ਖਤਰਾ ਭਾਜੀ, ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹੋ, ਮੈਂ ਵੀ ਅੱਜ ਪੰਜਾਬ ਦਾ ਹਿੰਦੂ, ਪੰਜਾਬ ਦਾ ਕਿਸੇ ਮੁਸਲਿਮ ਭਾਈਚਾਰਾ ਸ਼ਰਿਆਮ ਰਾਤ ਦੇ 12-12 1-1 ਵਜੇ ਤੱਕ ਸੜਕਾਂ ਤੇ ਘੁੰਮਦਾ। ਤੁਸੀਂ ਆਪਣੀ ਨੀਂਹ ਦਸਾਉਂਦੇ ਹੋ, ਮੈਂ ਤੁਸੀਂ ਪੱਤਰਕਾਰ ਭਾਈਚਾਰਾ 'ਚ ਬਿਲੋਂਗ ਕਰਦੇ ਹੋ, ਵਧੀਆ ਸਕੂਲਾਂ 'ਚ। ਇਸ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲ ਸਿੱਖ ਰਹਿ ਲਿਆ, ਇਸ ਦੇਸ਼ ਦਾ ਰਾਸ਼ਟਰਪਤੀ ਸਿੱਖ ਰਹਿ ਲਿਆ, ਫੌਜ ਦੇ ਜਨਰਲ ਮੁਖੀ ਸਿੱਖ ਰਹਿ ਲਏ, ਹੋਰ ਤੁਹਾਨੂੰ ਫਿਰ? ਅੱਛਾ ਜੇ ਉਹਨਾਂ ਦੀ ਗੱਲ ਕਰੋ, ਫਿਰ ਇਹ ਲੋਕ ਪਤਾ ਕੀ ਕਹਿੰਦੇ? ਉਹਨਾਂ ਨੇ ਪੱਗਾਂ 'ਚ ਸਿਰ ਪਸਾਇਆ, ਹਾਂ ਤੁਹਾਡੇ ਸਿਰ ਬੜੇ ਪਵਿੱਤਰ ਹੋ ਗਏ, ਜਿਹੜੇ ਤੁਹਾਡੇ ਮੁਤਾਬਕ ਗੱਲ ਕਰੇ ਉਹ ਸਿੱਖ, ਤੇ ਜਿਹੜਾ ਐਡੇਡੀਆਂ ਅਹੁਦੇਦਾਰ ਤੇ ਸਿੱਖ ਉਹਨਾਂ ਨੂੰ ਮਾਣ ਸਨਮਾਨ ਦਿੱਤਾ ਉਹ ਸਿੱਖ ਨਹੀਂ, ਉਹਨਾਂ ਨੇ ਪੱਗਾਂ 'ਚ ਸਿਰ ਪਸਾਇਆ, ਇਹ ਬਹੁਤ ਵਧੀਆ ਗੱਲ ਹੈਗੀ ਆ। ਜੇ ਕੋਈ ਮਾਣ ਦੇਵੇ ਤਾਂ ਗਲਤ, ਜੇ ਨਾ ਦੇਵੇ ਤਾਂ ਗਲਤ। ਸੋ ਖਡੂਰ ਸਾਹਿਬ ਦੇ ਲੋਕਾਂ ਨੂੰ, ਮੈਂ ਕੋਈ ਪੰਥਕ ਨਹੀਂ ਹੈਗੇ, ਸਵਾਇ ਇੱਕ ਫਰੀਦਕੋਟ ਦੀ ਸੀਟ ਨੂੰ ਛੱਡ ਕੇ ਮੈਂ ਗੱਲ ਕਰਦਾ, ਠੀਕ ਹੈ, ਕੋਈ ਪੰਥਕ ਨਹੀਂ ਹੈਗੇ, ਇਹ ਸਭ ਆਪਣੀ ਆਪਣੀਆਂ ਰੋਟੀਆਂ ਸੇਕਦੇ ਨੇ। ਸੋ ਖਡੂਰ ਸਾਹਿਬ ਦੇ ਲੋਕਾਂ ਨੂੰ ਮੇਰੀ ਇੱਕੋ ਇੱਕ ਹੱਥ ਜੋੜ ਕੇ, ਤੁਸੀਂ ਬੜੇ ਸੂਝਵਾਨ ਲੋਕ ਹੋ, ਤੁਸੀਂ ਬੜੇ ਸਮਝਦਾਰ ਲੋਕ ਹੋ, ਤੁਹਾਨੂੰ ਚੰਗੇ ਪ੍ਰੋਜੈਕਟ, ਜਾਂ ਕਰੇ ਆਪਣਾ ਅੰਮ੍ਰਿਤਪਾਲ ਬਿਆਨ ਦੇਵੇ ਕਿ ਮੈਂ ਭਾਰਤ ਦੇ ਕਾਨੂੰਨ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਦਾ ਔਰ ਮੈਂ ਬਿਲਕੁਲ ਉਹਦੇ ਕਾਨੂੰਨ ਨੂੰ ਮੰਨਦਾ ਔਰ ਉਹਦੇ ਅਕੋਰਡਿੰਗ ਕੰਮ ਕਰੂੰਗਾ, ਚੰਗੇ ਪ੍ਰੋਜੈਕਟ, ਚੰਗੀਆਂ ਯੂਨੀਵਰਸਿਟੀਆਂ, ਸਰਕਾਰ ਉੱਪਰ ਜਿਹਦੀ ਮਰਜ਼ੀ ਬਣੇ, ਮੈਂ ਆਪਣੇ ਖਡੂਰ ਸਾਹਿਬ ਹਲਕੇ ਲਈ ਪੂਰਨ ਤੌਰ ਤੇ ਕੰਮ ਕਰੂੰਗਾ। ਇਹ ਮੈਨੀਫੈਸਟੋ ਜਾਰੀ ਕਰੇ, ਆਪਣਾ ਲੋਕਾਂ ਨੂੰ ਦੱਸੇ ਕਿ ਮੈਂ ਤੁਹਾਡੇ ਲਈ ਕੀ ਕਰੂੰਗਾ, ਜਾਂ ਫਿਰ ਆਪਣੀ ਜਿਹੜੀ ਜੋ ਆਈਡੀਓਲੋਜੀ ਨੂੰ ਅਡੋਪਟ ਕੀਤੀ ਵੀ ਸੀ ਫਿਰ ਉਹੀ ਕਰੂੰਗਾ, ਹਿੰਦੂਆਂ ਨੂੰ ਦਰ ਕੇ ਮਾਰੂਗਾ ਜਾਂ ਕ੍ਰਿਸਚਨ ਭਾਈਚਾਰੇ ਦੇ ਲੋਕਾਂ ਨੂੰ ਦਰ ਕੇ ਮਾਰੂਗਾ। ਇਹ ਨਹੀਂ, ਇਸ ਪੰਜਾਬ ਆ, ਮੈਂ ਮਾਫ਼ ਕਰਨਾ ਛੋਟੀ ਜਿਹੀ ਗੱਲ ਕਹਿ ਕੇ ਖਤਮ ਕਰਦਾ, ਸਾਨੂੰ ਸਿੱਖੀ ਚਾਹੀਦੀ ਸ੍ਰੀ ਗੁਰੂ ਨਾਨਕ ਦੇਵ ਜੀ ਵਾਲੀ,
ਬਾਲਾ ਤੇ ਮਰਦਾਨਾ ਸਾਰੀ ਉਮਰ ਉਹਨਾਂ ਦੇ ਨਾਲ ਰਹੇ ਪਰ ਉਹਨਾਂ ਨੇ ਉਹਨਾਂ ਨੂੰ ਕਦੇ ਆਪਣਾ ਧਰਮ ਪਰਿਵਰਤਨ ਕਰਨ ਨੂੰ ਨਹੀਂ ਕਿਹਾ। ਗਨੀ ਖਾਨ ਨਵੀ ਕਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਰਹੇ ਜਦੋਂ ਦੁਨੀਆਂ ਤੋਂ ਗਏ, ਅੱਜ ਵੀ ਮਾਛੀਵਾੜਾ ਸਾਹਿਬ 'ਚ ਉਹਨਾਂ ਦੀਆਂ ਕਬਰਾਂ ਨੇ, ਕਦੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਸਾਡੇ ਧਰਮ ਦੇ ਵਿੱਚ ਆ ਜਾਓ। ਜਿਹਨੇ ਆਉਣਾ ਜਿੱਥੇ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਆਪਣੇ ਆਪ ਹੀ ਕਰ ਦੇਣੀ, ਬਹੁਤੇ ਧਰਮ ਦੇ ਠੇਕੇਦਾਰ ਨਾ ਬਣੋ। ਲੱਖ ਲਾਂਤਾਂ ਤੁਹਾਡੇ ਪੰਥਕ ਹੋਣ 'ਤੇ, ਜੇ ਅਗਰ ਤੁਸੀਂ ਸਿਰਫ ਆਪਣੇ ਫਰਜ਼ਾਂ ਦੇ ਆਪਣੇ ਉਹਨਾਂ ਦੇ ਲਈ ਤੁਸੀਂ ਵਰਤ ਰਹੇ ਹੋ ਸਿੱਖ ਧਰਮ ਨੂੰ, ਇਹ ਤੁਹਾਡੇ ਲਈ, ਇਹ ਲੋਕਾਂ ਨੂੰ ਸੁਚੇਤ ਕਰਨਾ। ਮੈਂ ਅੱਜ ਇੰਟਰਵਿਊ ਕੀਤੀ ਆ, ਸੋ ਮੇਰੀ ਫਿਰ ਇੱਕ ਵਾਰ ਲਾਸਟ ਦੀ ਖਡੂਰ ਸਾਹਿਬ ਦੇ ਲੱਗਣਾ, ਵੋਟ ਜਿਹਨੂੰ ਮਰਜ਼ੀ ਪਾਓ, ਮਤਦਾਨ, ਮਤਦਾਨ ਦਾ ਮਤਲਬ ਆ ਮਤ ਦਾ ਦਾਨ, ਤੁਹਾਡੀ ਆਪਣੀ ਮਤ ਆ, ਜਿਹਨੂੰ ਮਰਜ਼ੀ ਵੋਟ ਪਾਓ, ਪਰ ਬੜੀ ਸੋਚ ਸਮਝ ਕੇ।